ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਹਿਬਾਨ ਅਤੇ ਪਿਆਰੇ ਵਿਦਿਆਰਥੀਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਬੇਟਾ, ਮੈਨੂੰ ਲੱਗਦਾ ਵੀ ਲਗਭਗ 150-150 ਮੈਂਬਰ ਜੁੜ ਚੁੱਕੇ ਹੋਏ ਆ ਇਸ ਗਰੁੱਪ ਦੇ ਵਿੱਚ, ਅਤੇ ਸਾਰੇ ਪੰਜਾਬ ਭਰ ਦੇ ਵਿੱਚੋਂ ਬਹੁਤ ਹੀ ਡੈਡੀਕੇਟਡ ਅਧਿਆਪਕ ਸਾਹਿਬਾਨ ਆ ਜਿਹੜੇ ਜੁੜੇ ਹੋਏ ਆ। ਤਾਂ ਬੇਟਾ, ਇਹ ਛੋਟਾ ਜਿਹਾ ਮੈਸੇਜ ਬੱਚਿਆਂ ਦੇ ਲਈ ਆ ਵਿਸ਼ੇਸ਼ ਕਰਕੇ। ਤਾਂ ਬੇਟਾ, ਕਾਫੀ ਬੱਚੇ ਜਾਂ ਅਧਿਆਪਕ ਇਹ ਸੋਚਦੇ ਹੋਣਗੇ ਵੀ ਇੰਨੀ ਜਲਦੀ ਕਿਉਂ ਗਰੁੱਪ ਸ਼ੁਰੂ ਕੀਤਾ ਜਾ ਰਿਹਾ। ਤਾਂ ਪਿਛਲੀ ਵਾਰੀ ਬੇਟਾ ਜਿਹੜਾ ਗਰੁੱਪ ਸ਼ੁਰੂ ਕੀਤਾ ਸੀ, ਅਸੀਂ ਕਾਫੀ ਲੇਟ ਸ਼ੁਰੂ ਕੀਤਾ ਸੀਗਾ, ਜਿਹਦੇ ਵਿੱਚ ਲਗਭਗ ਮੇਰੇ ਕੋਲੇ 2800 ਬੱਚਾ ਸੀ ਸਾਰੇ ਪੰਜਾਬ ਭਰ 'ਚੋਂ ਜੁੜਿਆ ਹੋਇਆ, ਅਤੇ ਲਗਭਗ 180 ਪਲੱਸ ਬੱਚੇ ਆ ਜਿਹੜੇ ਉਹਦੇ ਵਿੱਚੋਂ ਸਿਲੈਕਸ਼ਨ ਹੋਈ ਆ। ਪਰ ਮੈਨੂੰ ਐਕਸਪੈਕਟੇਸ਼ਨ ਕਾਫੀ ਜ਼ਿਆਦਾ ਹੈਗੀ ਸੀ ਵੀ ਕਾਫੀ ਬੱਚੇ ਸਿਲੈਕਟ ਹੋਣੇ ਚਾਹੀਦੇ ਸੀਗੇ। ਇਹਦੇ ਪਿੱਛੇ ਵੱਡਾ ਕਾਰਨ ਰਹਿ ਗਿਆ ਸੀ ਗਣਿਤ ਦਾ ਬੇਟਾ, ਗਣਿਤ ਦੀ ਤਿਆਰੀ ਦੇ ਵਿੱਚ ਕਮੀ ਰਹਿ ਗਈ ਸੀਗੀ, ਕਿਉਂਕਿ ਗਣਿਤ ਕਾਫੀ ਹਾਇਰ ਲੈਵਲ ਦੇ ਉੱਤੇ ਉਹ ਪੁੱਛ ਜਾਂਦਾ। ਤਾਂ ਉਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਹੁਣ ਆਪਾਂ ਤਿਆਰੀ ਪਹਿਲਾਂ ਸ਼ੁਰੂ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਬੇਟਾ ਇਸ ਪੇਪਰ ਦੇ ਵਿੱਚ 40 ਸਵਾਲ ਮੈਂਟਲਬਿਲਟੀ ਦੇ ਆਉਂਦੇ ਆ, 20 ਸਵਾਲ ਪੰਜਾਬੀ ਦੇ ਅਤੇ 20 ਸਵਾਲ ਹੀ ਗਣਿਤ ਦੇ ਆਉਂਦੇ ਆ। ਪਰ ਸਭ ਤੋਂ ਮਹੱਤਵਪੂਰਨ ਰੋਲ ਆ ਜਿਹੜਾ ਉਹ ਗਣਿਤ ਦਾ ਕਰਦਾ ਆ। ਤਾਂ ਆਪਾਂ 2 ਮਹੀਨੇ ਜ਼ਿਆਦਾ ਫੋਕਸ ਆ ਜਿਹੜਾ ਮੈਂਟਲਬਿਲਟੀ ਦੇ ਉੱਤੇ, ਜਿਹਦਾ 40 ਨੰਬਰ ਦਾ ਆਉਣਾ ਆ ਉਹਦੇ ਉੱਤੇ ਫੋਕਸ ਕਰਾਂਗੇ, ਕੁਝ ਪੰਜਾਬੀ ਦੇ ਉੱਤੇ ਫੋਕਸ ਕਰਾਂਗੇ, ਗਣਿਤ 'ਤੇ ਆਪਾਂ ਜ਼ਿਆਦਾ ਫੋਕਸ ਇਹਦੇ 'ਤੇ ਇਸ ਸਮੇਂ ਤੋਂ ਬਾਅਦ ਦੇ ਵਿੱਚ ਕਰਾਂਗੇ। ਤਾਂ ਕਿਉਂਕਿ ਮੈਂ ਇਹ ਸੋਚਦਾ ਵੀ ਮੈਂਟਲਬਿਲਟੀ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈਗਾ, ਲਗਭਗ ਸਾਰੇ ਹੀ ਬੱਚੇ ਜਿੰਨੇ ਵੀ ਬੱਚੇ ਤਿਆਰੀ ਕਰਦੇ ਸੀਗੇ 40ਆਂ ਦੇ ਵਿੱਚੋਂ 37, 38, 39 ਅਤੇ 40 ਤੱਕ ਵੀ ਸਵਾਲ ਠੀਕ ਕਰਕੇ ਆਏ ਲਗਭਗ ਉਹ ਪੇਪਰ ਦੇ ਵਿੱਚ। ਸੋ ਇਹ ਕਾਫੀ ਸੌਖਾ ਪੋਰਸ਼ਨ ਹੈਗਾ ਆ। ਅਤੇ ਇੱਕ ਹੋਰ ਗੱਲ ਬੇਟਾ, ਵੀ ਨਿਰੰਤਰਤਾ ਦਾ ਰਹੱਸਾ ਜਿਹੜਾ ਉਹ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਆ। ਜਿਹੜੇ ਬੱਚੇ ਨਿਰੰਤਰ ਮਿਹਨਤ ਕਰਦੇ ਆ ਉਹ ਹਮੇਸ਼ਾ ਸਫਲ ਹੋ ਜਾਂਦੇ ਆ। ਡਾਕਟਰ APJ ਕਲਾਮ ਕੀ ਕਹਿੰਦੇ ਸੀਗੇ, ਕਹਿੰਦੇ ਜਿਹੜੇ ਲੋਕ ਸੁਪਨੇ ਦੇਖਦੇ, ਸੁਪਨੇ ਦੇਖ ਕੇ ਨਿਰੰਤਰ ਉਹਦੇ ਉੱਤੇ ਮਿਹਨਤ ਕਰਦੇ ਆ, ਕਹਿੰਦੇ ਸਾਰੀ ਕਾਇਨਾਤ ਦਾ ਜ਼ਰਰਾ ਜ਼ਰਰਾ ਉਹਨਾਂ ਦੀ ਇੱਛਾ ਪੂਰਤੀ ਦੇ ਲਈ ਯਤਨਸ਼ੀਲ ਹੋ ਜਾਂਦਾ ਆ। ਅਤੇ ਇੱਕ ਹੋਰ ਛੋਟੀ ਜਿਹੀ ਕਹਾਣੀ ਦੁਆਰਾ ਮੈਂ ਤੁਹਾਨੂੰ ਗੱਲ ਸਪਸ਼ਟ ਕਰੂੰਗਾ। ਕਹਿੰਦੇ ਇੱਕ ਪੱਥਰ ਆ, ਮੰਨ ਲਓ 100ਵੀਂ ਚੋਟ ਦੇ ਉੱਤੇ, 100ਵੀਂ ਸੱਟ ਦੇ ਉੱਤੇ ਜਾ ਕੇ ਟੁੱਟ ਜਾਂਦਾ ਆ, ਪਰ ਕੀ ਪਹਿਲਾਂ ਲਾਈਆਂ ਸੱਟਾਂ ਜਿਹੜੀਆਂ ਵਿਅਰਥ ਹੁੰਦੀਆਂ? ਨਹੀਂ ਬੇਟਾ, ਜਿਹੜੀਆਂ ਪਹਿਲਾਂ ਹਥੌੜੀਆਂ ਮਾਰੀਆਂ ਹੁੰਦੀਆਂ ਉਹ ਉਸ ਪਾਤਰ ਤਾਂ ਤਿਆਰ ਕਰ ਰਹੀਆਂ ਹੁੰਦੀਆਂ। ਕਹਿਣ ਦਾ ਮਤਲਬ ਪਹਿਲੀ ਹਥੌੜੀ ਵੀ ਓਨਾ ਹੀ ਮਹੱਤਵ ਰੱਖਦੀ ਹੈ ਜਿੰਨੀ ਕਿ 100ਵੀਂ। ਸੋ ਬੇਟਾ, ਇਹਦੇ ਮਹੱਤਵ ਨੂੰ ਸਮਝਣਾ ਤੁਸੀਂ। ਤਾਂ ਰੋਜ਼ ਦੀ ਰੋਜ਼ ਦਾ 10 ਤੋਂ 15 ਮਿੰਟ ਦੀਆਂ ਵੀਡੀਓਜ਼ ਹੋਣਗੀਆਂ, ਉਹ ਤੁਸੀਂ ਵੀਡੀਓਜ਼ ਦੇਖੀ ਜਾਣੀਆਂ ਆ। ਸ਼ਨੀਵਾਰ ਨੂੰ ਮੈਂ ਜਿੰਨਾ ਵੀ ਆਪਾਂ ਕਰਾਵਾਂਗੇ ਪੇਪਰ, ਉਹਦੀ PDF ਤੁਹਾਨੂੰ ਭੇਜ ਦਿੱਤੀ ਜਾਊਗੀ ਪੇਪਰ ਦੀ, ਤੁਹਾਡੇ ਅਧਿਆਪਕ ਸਾਹਿਬਾਨ ਨੂੰ, ਅਧਿਆਪਕ ਸਾਹਿਬਾਨ ਪ੍ਰਿੰਟ ਕੱਢ ਕੇ ਤੁਹਾਨੂੰ ਦੇ ਦਿਆ ਕਰਨਗੇ। ਤਾਂ ਐਤਵਾਰ ਨੂੰ ਤੁਹਾਡਾ ਜਿਹੜਾ ਜਿੰਨਾ ਵੀ ਅਸੀਂ ਹਫ਼ਤੇ ਦੇ ਵਿੱਚ ਸਿਲੇਬਸ ਕਰ ਲਾਂਗੇ ਉਹਦਾ ਜਿਹੜਾ ਪੇਪਰ ਆ ਉਹ ਲੈ ਲਿਆ ਜਾਊਗਾ। ਅਤੇ ਸੋ ਬੇਟਾ, ਮੈਂ ਆਸ ਕਰਦਾ ਵੀ ਤੁਸੀਂ ਨਿਰੰਤਰ ਇਹ ਤਿਆਰੀ ਕਰਦੇ ਰਹੋਗੇ। ਅਤੇ ਇੱਕ ਹੋਰ ਅਧਿਆਪਕ ਸਾਹਿਬਾਨ ਨੂੰ ਬੇਨਤੀ ਹੈ ਵੀ ਜਿਹੜੇ ਬੱਚਿਆਂ ਕੋਲ ਇੰਟਰਨੈਟ ਨਹੀਂ ਚੱਲਦਾ, ਕੋਸ਼ਿਸ਼ ਕੀਤੀ ਜਾਵੇ ਵੀ 10 ਤੋਂ 15 ਮਿੰਟ ਦਾ ਲਗਭਗ ਰੋਜ਼ ਦਾ ਮੈਸੇਜ ਹੋਊਗਾ, ਅਤੇ ਉਹ ਜਿਹੜੇ ਪ੍ਰੋਜੈਕਟਰ ਲੱਗੇ ਹੋਏ ਆ ਜਾਂ ਕੰਪਿਊਟਰ ਲੱਗੇ ਹੋਏ ਆ ਉਹਦੇ ਉੱਤੇ ਨਵੋਦਿਆ ਦੀ ਤਿਆਰੀ ਕਰਨ ਵਾਲੇ ਬੱਚਿਆਂ ਨੂੰ ਉਹ ਦਿਖਾ ਦਿੱਤਾ ਜਾਵੇ ਤਾਂ ਵਧੀਆ ਗੱਲ ਹੈਗੀ ਆ। ਅਤੇ ਸੋ ਇੱਕ ਵਾਰੀ ਫਿਰ ਤੁਹਾਡੇ ਸਾਰੇ ਸਤਿਕਾਰਯੋਗ ਅਧਿਆਪਕ ਸਾਹਿਬਾਨ ਦਾ, ਪਿਆਰੇ ਬੱਚਿਆਂ ਦਾ, ਇਸ ਦੁਆਵਾਂ ਦੇ ਬਿਜ਼ਨਸ ਦੇ ਪ੍ਰੋਜੈਕਟ ਦੇ ਵਿੱਚ ਨਾਲ ਜੁੜਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਪਰਮਾਤਮਾ ਅੱਗੇ ਆਸ ਕਰਦੇ ਹਾਂ ਵੀ ਬੱਚੇ ਇਸ ਤਿਆਰੀ ਤੋਂ ਬਹੁਤ ਕੁਛ ਆਪਣੇ ਜੀਵਨ ਦੇ ਲਈ ਵੀ ਬਹੁਤ ਕੁਛ ਸਿੱਖਣਗੇ। ਇਕੱਲਾ ਨਵੋਦਿਆ ਦੀ ਤਿਆਰੀ ਨਹੀਂ ਬੇਟਾ, ਇੱਕ ਤਰ੍ਹਾਂ ਦੇ ਨਾਲ ਇਹ ਜੀਵਨ ਦੀ ਵੀ ਤਿਆਰੀ ਹੋਊਗੀ, ਤੁਹਾਨੂੰ ਬਹੁਤ ਕੁਛ ਸਿੱਖਣ ਨੂੰ ਮਿਲੂਗਾ। ਅਤੇ ਸੋ ਇੱਕ ਵਾਰੀ ਫਿਰ ਸਤਿਕਾਰਯੋਗ ਅਧਿਆਪਕ ਸਾਹਿਬਾਨ ਅਤੇ ਪਿਆਰੇ ਬੱਚਿਆਂ ਦਾ ਨਾਲ ਜੁੜਨ ਦੇ ਲਈ ਤਹਿ ਦਿਲੋਂ ਧੰਨਵਾਦ। ਥੈਂਕ ਯੂ ਬੇਟਾ।